ਪੋਲ ਦੇ ਵਿੱਚ ਹੁਣ ਇੱਕ ਗੱਲ ਇਹ ਸਾਹਮਣੇ ਆਈ ਆ ਕਿ ਕੋਵਿਡ-19 ਦੇ ਇਸ ਪੈਂਡੈਮਿਕ ਦੌਰਾਨ ਜਿਹੜੀ ਫੈਡਰਲ ਲਿਬਰਲ ਪਾਰਟੀ ਆ ਉਸ ਦੀ ਪੋਪੂਲੈਰਿਟੀ 올 ਅਕ੍ਰੋਸ ਦਾ ਕੰਟਰੀ ਉਹਦੇ ਵਿੱਚ ਬੜਾ ਵਾਅਦਾ ਹੋਇਆ ਜੇ ਅੱਜ ਫੈਡਰਲ ਚੋਣਾਂ ਹੋ ਜਾਣ ਤਾਂ ਲਿਬਰਲ ਪਾਰਟੀ ਦੀ ਮੈਜੋਰਿਟੀ ਸਰਕਾਰ ਬਣ ਜਾਣੀ ਆ ਤੇ ਉਹਨਾਂ ਨੂੰ ਜਿਹੜੀਆਂ ਨੰਬਰ ਆਫ ਸੀਟਸ 170 ਚਾਹੀਦੀਆਂ ਹੁੰਦੀਆਂ ਨੇ ਮਿਨੀਮਮ 186 ਸੀਟਾਂ ਆ ਜਾਣੀਆਂ 186 ਸੀਟਾਂ ਆਣਗੀਆਂ 40.3% ਵੋਟ ਪੈਣੀ ਆ ਜੋ ਕਿ 7% ਦਾ ਵਾਅਦਾ ਹੈ ਕਿ ਜੇ ਸਿਰਫ BC ਦੀ ਗੱਲ ਕਰੀਏ BC ਦੇ ਵਿੱਚ 13% ਵੱਧ ਵੋਟ ਮਿਲਨੀ ਹੈ ਲਿਬਰਲ ਪਾਰਟੀ ਨੂੰ ਫੈਡਰਲ ਲਿਬਰਲ ਪਾਰਟੀ ਪਰ ਗੱਲ ਇਹ ਆ ਕਿ ਜੇ ਹੁਣ ਸਿਚੁਏਸ਼ਨ ਹੈਗੀ ਹੈ ਕਿ ਜੀ ਹੁਣ ਇਹ ਪੋਲ ਇਹ ਦਰਸਾਉਂਦੀ ਹੈ ਕਿ ਜੀ ਲਿਬਰਲਸ ਦੀ ਮੈਜੋਰਟੀ ਸਰਕਾਰ ਆ ਸਕਦੀ ਆ ਜੇ ਇਹ ਮੈਜੋਰਿਟੀ ਵਾਲੀ ਸਥਿਤੀ ਜੇ ਸਪੋਰਟ ਬੇਸ ਇਸ ਕਰਕੇ ਵਧਿਆ ਕਿਉਂਕਿ ਪੈਂਡੈਮਿਕ ਹੈ ਤਾਂ ਫਿਰ ਪੈਂਡੈਮਿਕ ਹੀ ਉਹ ਵਜ੍ਹਾ ਵੀ ਹੈ ਜਿਹਦੇ ਕਰਕੇ ਕਿ ਚੋਣਾਂ ਨਹੀਂ ਵੀ ਨਹੀਂ ਕਰਵਾਈਆਂ ਕਰਾਈਆਂ ਜਾ ਸਕਦੀਆਂ ਜਾਂ ਸਿਆਣਪ ਨਹੀਂ ਹੋਏਗੀ ਕਿਉਂਕਿ ਬਾਕੀ ਪਾਰਟੀਆਂ ਦੇ ਆਪਣੇ ਆਪਣੇ ਰੀਜ਼ਨ ਹੈਗੇ ਇਲੈਕਸ਼ਨ ਨਾ ਕਰਵਾਉਣ ਦੇ ਐਨਡੀਪੀ ਕੋਲ ਪੈਸੇ ਨਹੀਂ ਹੈਗੇ ਕੰਜ਼ਰਵੇਟਿਵਸ ਕੋਲ ਲੀਡਰ ਨਹੀਂ ਹੈਗਾ ਤੇ ਪਰ ਲਿਬਰਲ ਪਾਰਟੀ ਇਸ ਵਾਲੇ ਇਲੈਕਸ਼ਨ ਕਰਵਾਉਣ ਦੇ ਹੱਕ ਵਿੱਚ ਹੋਏਗੀ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਇਸ ਵੇਲੇ ਜਿਹੜੀ ਪੋਪੂਲਾਰਿਟੀ ਆ ਉਹ ਚੰਗੀ ਭਲੀ ਚੱਲ ਰਹੀ ਆ ਪਰ ਯੂ ਆਰ ਰਾਈਟ ਟੂ ਸੇ ਕਿ ਜੇਕਰ ਹੁਣ ਇਲੈਕਸ਼ਨ ਲਿਬਰਲ ਪਾਰਟੀ ਕਰਵਾਂਦੀ ਆ ਤੇ ਫੇਰ ਕੈਨੇਡੀਅਨਸ ਨੇ ਮਾਫ ਨਹੀਂ ਕਰਨਾ ਕਿ ਆਲਰੇਡੀ ਇਕਨੋਮੀ ਤੇ ਇੰਨਾ ਬੋਝ ਪਿਆ ਹੋਇਆ ਅਰਥਵਿਵਸਥਾ ਚੱਲ ਨਹੀਂ ਰਹੀ ਤੇ ਤੁਸੀਂ ਪੋਲਿਟਿਕਸ ਦੀ ਗੱਲ ਕਰ ਰਹੇ ਹੋ ਵੈਸੇ ਵਾਸੂ ਜੇ ਗੱਲ ਕਰੀਏ ਨਾ ਪਿਛਲੇ ਇਲੈਕਸ਼ਨ ਦੀ ਹਲੇ ਤੇ ਸਾਲ ਵੀ ਨਹੀਂ ਲੰਘਿਆ ਹਲੇ ਤੇ 7-8 ਮਹੀਨੇ ਹੀ ਹੋਏ ਨੇ ਨਾ 8-9 ਮਹੀਨੇ ਅਕਤੂਬਰ ਚ ਹੋਇਆ ਸੀ ਇਲੈਕਸ਼ਨ ਤੇ ਉਹਦੇ ਵਿੱਚ ਕੰਜ਼ਰਵੇਟਿਵਜ਼ ਦੀ ਜਿਹੜੀ ਪਰਫਾਰਮੈਂਸ ਸੀ ਐਂਡਰਿਊ ਸ਼ੇਅਰ ਦੇ ਵਿਚਾਰਾਂ ਦੀ ਇੰਨੀ ਮਾੜੀ ਨਹੀਂ ਸੀ ਇੰਨੀ ਮਾੜੀ ਨਹੀਂ ਸੀ ਹੈਨਾ ਉਹਦੇ ਪਰ ਕਹਿੰਦੇ ਵੀ ਜੇ ਹੁਣ ਇਲੈਕਸ਼ਨ ਹੁੰਦਾ ਤਾਂ ਫਿਰ ਫਰਦਰ ਉਹਦੇ ਵਿੱਚੋਂ ਵੀ ਸੀਟਾਂ ਹੋਰ ਡ੍ਰੌਪ ਹੋਣਗੀਆਂ ਕੰਜ਼ਰਵੇਟਿਵਜ਼ ਦੀਆਂ ਤੇ ਜਿਹੜੀਆਂ ਲਿਬਰਲਸ ਨੇ ਇਹਨਾਂ ਨੇ ਸੀਟਾਂ ਖਾਸੀਆਂ ਗੇਨ ਕਰ ਲੈਣੀਆਂ ਨੇ ਆਲਮੋਸਟ 30 ਸੀਟਾਂ ਦਾ ਵਾਧਾ ਇਹ ਇਹਦੇ ਵਿੱਚ ਦਰਸਾਇਆ ਜਾ ਰਿਹਾ 121 ਸੀਟਾਂ ਇਸ ਵੇਲੇ ਕੰਜ਼ਰਵੇਟਿਵਸ ਕੋ ਹੈਗੀਆਂ ਤੇ ਜੇ ਹੁਣ ਇਲੈਕਸ਼ਨ ਹੁੰਦਾ ਤਾਂ 101 ਰਹਿ ਜਾਣੀਆਂ ਇਹ ਸੀਬੀਸੀ ਦਾ ਪੋਲ ਟਰੈਕਰ ਆ ਪਹਿਲੀ ਗੱਲ ਤਾਂ ਆਪਣੇ ਆਪ ਚ ਇਹੀ ਬਹੁਤ ਇੰਟਰਸਟਿੰਗ ਆ ਕਿ ਸੀਬੀਸੀ ਵੱਲੋਂ ਪੋਲ ਟਰੈਕਰ ਉਦੋਂ ਸ਼ੁਰੂ ਕੀਤਾ ਜਾਂਦਾ ਜਦੋਂ ਹੁੰਦਾ ਪਤਾ ਕਿ ਕੰਟਰੀ ਦੇ ਵਿੱਚ ਜਾਂ ਕਿਸੇ ਪ੍ਰੋਵਿੰਸ ਦੇ ਵਿੱਚ ਇਲੈਕਸ਼ਨਸ ਹੋਣੇ ਨੇ ਜੀ ਸੋ ਕੀ ਇਹ ਕੋਈ ਸੰਕੇਤ ਆ ਹਾਂ ਪਤਾ ਨਹੀਂ ਹੁਣ ਦੇਖੋ bc ਦੇ ਵਿੱਚ ਵੀ ਕੱਲ ਪਰਸੋਂ ਤੋਂ ਇਹ ਗੱਲ ਚੱਲੀ ਸੀ ਕਿ ਜੀ ਅੱਛਾ ਕੀ bc ਦੀ ndp ਸਰਕਾਰ ਵੱਲੋਂ ਕੋਈ ਸਨੈਪ ਇਲੈਕਸ਼ਨ ਕਾਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਦੇਖੋ ਕਲਿੱਪ ਦੀ bc ਲਿਬਰਲਸ ਨੇ ਜ਼ਿਕਰ ਕੀਤਾ ਸੀ ਤੇ ਇਸ ਵੇਲੇ ਵਾਸੋਂ ਸਰਕਾਰ ਭਾਵੇਂ ਕਿਸੇ ਵੀ ਪ੍ਰੋਵਿੰਸ ਵਿੱਚ ਹੋਵੇ ਜਿੱਥੇ ਮਰਜ਼ੀ ਹੋਵੇ ਕਿਉਂਕਿ ਜਿੱਥੇ-ਜਿੱਥੇ ਪ੍ਰੋਵਿੰਸ ਦੇ ਵਿੱਚ ਸਰਕਾਰਾਂ ਨੇ ਮਿਖਲ ਯੂਐਸਏ ਨੂੰ ਛੱਡ ਕੇ ਕੈਨੇਡਾ ਦੇ ਵਿੱਚ ਲਾਰਜਲੀ ਸਪੀਕਿੰਗ ਲੋਕਾਂ ਨੇ ਇਸ ਗੱਲ ਨੂੰ ਸਪੋਰਟ ਕੀਤਾ ਕਿਬੈਕ ਦੇ ਵਿੱਚ ਸਥਿਤੀ ਵੱਖਰੀ ਹੋ ਸਕਦੀ ਹੈ ਪਰ ਬਾਕੀ ਦੇ ਪ੍ਰੋਵਿੰਸਿਸ ਦੇ ਵਿੱਚ ਸਰਕਾਰਾਂ ਨੇ ਵਧੀਆ ਢੰਗ ਨਾਲ ਮੈਨੇਜ ਕਰ ਲਿਆ ਤੇ ਲੋਕਾਂ ਨੂੰ ਫਿਰ ਵੀ ਸਹੀ ਢੰਗ ਨਾਲ ਇਨਫੋਰਮੇਸ਼ਨ ਪਹੁੰਚਦੀ ਰਹੀ ਹੈ ਪਰ ਹੁਣ ਜੇ ਕਿਸੇ ਵੀ ਸਰਕਾਰ ਵੱਲੋਂ ਜੇ ਸੋਚਿਆ ਜਾਂਦਾ ਕਿ ਅਸੀਂ ਇਲੈਕਸ਼ਨ ਕਰਵਾ ਲਈਏ ਇਲੈਕਸ਼ਨ ਕਰਵਾਉਣਾ ਬਹੁਤ ਵੱਡੇ ਢੰਗ ਨਾਲ ਬੈਕਫਾਇਰ ਕਰ ਸਕਦਾ ਹੁਣ ਯੂ ਐਸ ਏ ਦੇ ਵਿੱਚ ਤੇ ਵੈਸੀ ਰੈਗੂਲਰ ਸਕੈਜੂਲ ਦੇ ਵਿੱਚ ਇਲੈਕਸ਼ਨ ਆਉਣ ਵਾਲਾ ਨਵੰਬਰ ਚ ਹਲੇ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਪ੍ਰਾਈਮਰੀਜ਼ ਉਹਨਾਂ ਵਾਸਤੇ ਕਰਨੀਆਂ ਮੁਸ਼ਕਲ ਹੋ ਰਹੀਆਂ ਨੇ ਪੈਂਡੈਮਿਕ ਕਰਕੇ ਵੀ ਉਹ ਮੇਲ ਇਨ ਬੈਲੇਟ ਰਾਹੀਂ ਕਰੀਏ ਇਨ ਪਰਸਨ ਕਰੀਏ ਹਲੇ ਨਵੰਬਰ ਚ ਪਤਾ ਨਹੀਂ ਕੀ ਬਣਨਾ ਸੋ ਜੇ ਪੈਂਡੈਮਿਕ ਵਜ੍ਹਾ ਹੈ ਪਪੂਲਾਰਿਟੀ ਦੀ ਤਾਂ ਪੈਂਡੈਮਿਕ ਹੀ ਵਜ੍ਹਾ ਹੈ ਕਿ ਤੁਸੀਂ ਉਸ ਪਪੂਲਾਰਿਟੀ ਨੂੰ ਕੈਸ਼ ਨਾ ਕਰੋ ਯਸ ਤੇ ਵਜ੍ਹਾ ਇੱਕ ਜਿਹੜੀ ਚੀਜ਼ ਇਹ ਪੂਰੇ ਸਾਰੇ ਜਿਹੜੇ ਅੰਕੜੇ ਆਏ ਨੇ ਇਹਨਾਂ ਦੇ ਵਿੱਚੋਂ ਇੱਕ ਇੰਟਰਸਟਿੰਗ ਹੈ ਕਿ ਇਸ ਸਾਰੇ ਪ੍ਰੋਸੈਸ ਦੇ ਬਾਵਜੂਦ ਆਪ ਕੋਵਿਡ-19 ਦਾ ਜਿਹੜਾ ਸਾਰਾ ਪ੍ਰੋਸੈਸ ਚੱਲਿਆ ਐ ਐਨਡੀਪੀ ਦਾ ਜਿਹੜਾ ਵੋਟ ਸ਼ੇਅਰ ਆ ਜਾਂ ਸੀਟ ਸ਼ੇਅਰ ਵੀ ਉਹ ਕੋਈ ਬਹੁਤਾ ਤਬਦੀਲ ਨਹੀਂ ਹੋਇਆ ਉੱਥੇ ਹੀ ਖੜਾ ਹੈ ਫੈਡਰਲ ਐਨਡੀਪੀ ਫੈਡਰਲ ਐਨਡੀਪੀ ਜੀ ਤੇ ਐਨਡੀਪੀ ਨੂੰ ਪਹਿਲਾਂ ਵੀ 16 17% ਵੋਟਾਂ ਹੀ ਪਈਆਂ ਸੀ ਹੁਣ ਵੀ 15.6 ਵੋਟਾਂ ਪਰਸੈਂਟ ਵੋਟ ਸੀ ਉਹਨਾਂ ਨੂੰ ਮਿਲ ਨਹੀਂ ਆਇਆ ਜਦਕੀ ਬਹੁਤ ਸਾਰੇ ਜਿਹੜੇ ਇਹ ਪਲਾਨਸ ਜਿਹੜੇ ਫੈਡਰਲ ਸਰਕਾਰ ਨੇ ਇੰਪਲੀਮੈਂਟ ਕੀਤੇ ਨੇ ਸਪੈਸ਼ਲੀ ਸੀਈਆਰਬੀ ਜਿਹਦੇ ਨਾਲ ਡਾਇਰੈਕਟਲੀ ਲੋਕਾਂ ਨੂੰ ਬੈਨੀਫਿਟ ਮਿਲਿਆ ਉਹਦੇ ਵਿੱਚ ਐਕਸਪੈਂਸ਼ਨ ਜਾਂ ਵੇਜ ਸਬਸਿਡੀ ਦੇ ਵਿੱਚ 10% ਤੋਂ 75% ਤੱਕ ਉਹਨੂੰ ਵਧਵਾਉਣਾ ਉਹ ਐਨਡੀਪੀ ਦੇ ਸੁਝਾਅ ਨਾਲ ਹੀ ਵਧੀਆ ਸੀ ਤੇ ਸੀਟਾਂ ਉਲਟਾ ਦੋ ਘੱਟ ਜਾਣੀਆਂ ਸੀਟਾਂ ਘਟੇ 24 ਹੈਗੀਆਂ ਕਹਿੰਦੇ 22 ਰਹਿ ਜਾਣੀਆਂ ਤੇ ਹਾਂਜੀ ਸੋ ਇਹ ਕਿਆਸਰਾਈਆਂ ਨੇ ਮਤਲਬ ਇਹ ਪੋਲ ਦੇ ਆਧਾਰ ਤੇ ਜਿਹੜੇ ਇਸ ਵੇਲੇ ਨੰਬਰਸ ਨੇ ਉਹਦੇ ਵਿੱਚ ਗੱਲ ਆਈ ਹੈ ਪਰ ਆਈ ਥਿੰਕ ਮੇਨ ਗੱਲ ਇਹ ਆ ਕਿ ਜੇ ਹੁਣ ਅੱਛਾ ਇਹਦੇ ਵਿੱਚ ਮੇਨ ਗੱਲ ਇਹ ਆ ਕਹਿੰਦੇ ਜੇ ਹੁਣ ਕੰਜ਼ਰਵੇਟਿਵਜ਼ ਦਾ ਲੀਡਰ ਆ ਵੀ ਜਾਂਦਾ ਹੂੰ ਉਦੇ ਨਾਲ ਵੀ ਫਰਕ ਨਹੀਂ ਬਹੁਤਾ ਪੈਣਾ ਕੋਈ ਐਟ ਲੀਸਟ ਹਾਲ ਦੀ ਘੜੀ ਇਹ ਸਥਿਤੀ ਦਰਸਾਈ ਗਈ ਹੈ ਕਿਉਂਕਿ ਜਦੋਂ ਰਿਸਪੌਂਡੈਂਟਸ ਨੂੰ ਪੁੱਛਿਆ ਗਿਆ ਵੀ ਚਲੋ ਹਲੇ ਤੇ ਐਂਡਰਿਊ ਸ਼ੀਅਰ ਲੀਡਰ ਨੇ ਜੇ ਪੀਟਰ ਮਕੇ ਜਾਂ ਐਰੀਨੋ ਟੂਲ ਲੀਡਰ ਬਣ ਕੇ ਆ ਜਾਂਦੇ ਨੇ ਕਿਉਂਕਿ ਉਹਨਾਂ ਦੋਹਾਂ ਚੋਂ ਕਿਸੇ ਇੱਕ ਦੇ ਬਨਣ ਦੇ ਆਸਾਰ ਨੇ ਤਾਂ ਫੇਰ ਤੁਹਾਡੇ ਤੁਹਾਡੇ ਮਨ ਵਿੱਚ ਕੰਜ਼ਰਵੇਟਿਵ ਪਾਰਟੀ ਬਾਰੇ ਕੀ ਵਿਚਾਰ ਆ ਉਦੋਂ ਵੀ ਕੋਈ ਰਿਸਪੌਂਸ ਇੰਨਾ ਪੋਜ਼ਿਟਿਵ ਨਹੀਂ ਸੀ ਲੀਡਰ ਨੂੰ ਵੀ ਆਪਣਾ ਪੇ ਚੈੱਕ ਅਰਨ ਕਰਨਾ ਪੈਣਾ ਹਾਂ ਇਦਾਂ ਨਾਮ ਨਾਲ ਹੀ ਨਹੀਂ ਸਿੱਕਾ ਹੀ ਚੱਲਦਾ ਕਿਸੇ ਦਾ ਸਹੀ ਗੱਲ ਹੈ